上去。ਥਰਡ ਨੰਬਰ ਤੇ ਹੈਗੇ ਜੀ ਮੇਜਰ ਸਿੰਘ ਕੋਟ ਸਮੀਰ ਵਾਲੇ, ਉਹ ਵੀ ਆ ਜਾਣ ਜੀ। ਕੈਟਾਗਰੀ ਨੰਬਰ 3 ਸੰਧੂ ਡੈਰੀ ਫਾਰਮ ਤੁਲਾ 2-10 ਪੀਰੀਆਂ ਬਹਿਣਾ ਦੁੱਧ ਦਿੱਤਾ ਜੀ ਉਹਨੇ 51 ਕਿਲੋ 345 ਗ੍ਰਾਮ। ਸਾਹਮਣੇ ਸਾਹਮਣੇ ਮੰਤਰੀ ਜੀ, ਸਾਹਮਣੇ ਸਾਹਮਣੇ ਦੇਖਣ ਸਰ ਸਰ ਸਾਹਮਣੇ ਫੋਰਸ ਮੈਨ ਸਰ ਸਾਹਮਣੇ ਗੱਲ ਫੇਰੀ ਹਰਿਆਣਾ 49 ਕਿਲੋ 650 ਗ੍ਰਾਮ ਤਿਆਰ ਹੈਗੀ ਇਹ। ਹੈਲੋ ਕਰੋ ਜੀ ਪਿੱਛੇ ਕੰਮ ਦੂਜੀ ਲੈ ਕੇ ਆਉਣਾ। ਤੀਸਰੀ ਕੈਟਾਗਰੀ ਵਾਲੇ ਤਿਆਰ ਰਹਿਣਗੇ ਇਹ ਤੋਂ ਬਾਅਦ ਨਾਲ ਦੇ ਨਾਲ ਸੰਧੂ ਡੈਰੀ ਫਾਰਮ ਕੁਲਾਰਪੁਰ ਹਰਿਆਣੇ ਵਾਲੇ ਸੈਕਿੰਡ ਫਰੋਸ ਮਹਿਲ ਪਰਮਜੀਤ ਸਿੰਘ 45 ਇਹਤੋਂ ਬਾਅਦ ਚੌਥੀ ਕੈਟਾਗਰੀ ਆਪਣੀ ਉਹ ਵੀ ਤਿਆਰ ਹੈ ਜਾਸੀ ਗਾਵਾਂ ਵਾਲੇ ਜਾਸੀ ਗਾਵਾਂ ਉਹ ਵੀ ਤਿਆਰ ਰਹਿਣ ਜੀ। ਸੰਧੂ ਡੈਰੀ ਫਾਰਮ ਕੁਲਾਰਪੁਰ ਦਾ 53 ਕਿਲੋ 900 ਗ੍ਰਾਮ ਦੁੱਧ ਦਿੱਤਾ ਜੀ ਉਹਨੇ ਫਸਟ ਨੇ। ਸੈਕਿੰਡ ਮੱਖਣ ਸਿੰਘ ਚਲੋ ਸ਼ੇਰੋ ਸਾਹਿਬ ਤੋਂ ਪਹਿਲਾਂ ਆ ਜੀ ਆ ਵੱਡੀਆਂ ਗਾਵਾਂ ਵਾਲਾ ਕੰਪਨੀ ਵਾਲੇ ਨਾਮ ਦਵਾ ਦਿਓ ਜੀ। ਯਾਦ ਹੋ ਗਿਆ ਜੀ ਹਾਂਜੀ। ਪਸ਼ੂਆਂ ਵਾਸਤੇ ਜਗ੍ਹਾ ਛੱਡ ਦਿਓ ਜੀ, ਮੇਰੀ ਫੋਟੋਗ੍ਰਾਫਰ ਨੂੰ ਬੇਨਤੀ ਹੈ, ਕਮੇਟੀ ਵਾਲੇ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਨਾਲ ਜੇ ਪਸ਼ੂ ਕਰਾਇਆ ਤਾਂ ਉਹਨੂੰ ਮਾੜੀ ਜਿਹੀ ਸਪੇਸ ਵੀ ਦਿਓ। ਮਿਲ ਕੇ ਕਮੇਟੀ ਨੂੰ ਬੇਨਤੀ ਹੈ ਵੀ ਉਹ ਵੀ ਨਾਲ ਰਹਿਣ ਦੀ ਫੋਟੋ 'ਚ। ਬਹੁਤ ਦਿਨ ਰਾਤ ਕੰਮ ਕਰਿਆ ਹੈ ਕਮੇਟੀ ਨੇ, ਸਿਰਫ 3-3 ਘੰਟੇ ਰਾਤ ਤੱਕ ਰਾਤ ਨੂੰ ਸੋਤੇ ਨੇ, ਉਹ ਵੀ ਆਪਣੀ ਫੋਟੋ ਨਾਲ ਕਰਾ ਲੈਣ। ਅੱਛਾ ਜੀ, ਕਿਸੇ ਜਿਹੜੀ ਕੋਈ ਫਸਟ ਹੈ ਉਹਦਾ ਝੁੱਲ ਪਾਉਣਾ ਹੁੰਦਾ ਜੀ, ਮਾੜਾ ਜਿਹਾ ਦੱਸਦੇ ਕਰੋ ਕਿਹੜੀ ਗਾ ਗਈ ਇਹ, ਉਹਦੇ ਝੁੱਲ ਮੇਰੇ ਨਾਲ ਫਸਦੇ। ਚਾਰ ਦੰਦ ਦੇ ਵਿੱਚ ਹੈਗੇ ਨੇ ਜੀ ਪਹਿਲੀਆਂ, ਪਹਿਲੀ ਫਸਟ ਹਰਪ੍ਰੀਤ ਸਿੰਘ ਨੂਰਪੁਰ ਹਕੀਮਾ 53 ਕਿਲੋ 535 ਗ੍ਰਾਮ ਦੁੱਧ ਦਿੱਤਾ ਜੀ ਨੇ। ਸੈਕਿੰਡ ਅਮਰਜੀਤ ਸਿੰਘ ਚੀਮਨਾ ਬਿੱਲੂ ਬਾਈ 51 ਕਿਲੋ 660 ਗ੍ਰਾਮ। ਥਰਡ ਹੈਗਾ ਜੀ ਚੌਦਾਂ
ਦੋ ਦਲ ਦੇ ਵਿੱਚ ਹੈਗਾ ਜੀ ਸੰਧੂ ਡੈਰੀ ਫਾਰਮ ਕੋਲਾ ਫਸਟ ਪ੍ਰਾਈਜ਼ 51 ਕਿਲੋ 350 ਗ੍ਰਾਮ 48 ਗ੍ਰਾਮ ਦੁੱਧ ਦਿੱਤਾ ਜੀ ਨੇ ਸੈਕਿੰਡ ਟੈਗ ਨੰਬਰ 268 ਫੋਰਸ ਮਹਿਲ ਹਰਿਆਣਾ 50 ਕਿਲੋ 650 ਗ੍ਰਾਮ ਵੇਰਕ ਵਾਲੇ ਕਹਿੰਦੇ ਪੇਮੈਂਟ ਲੈ ਲਓ ਜੀ ਆਪਣੀ ਕਿਸੇ ਤੇ ਰਹਿੰਦੀ ਉਹਨਾਂ ਨੇ ਚਲੇ ਜਾਣਾ ਜੀ ਦੁੱਧ ਦੀ ਪੇਮੈਂਟ ਵੇਰਕ ਵਾਲੇ ਬੂਥ ਤੇ ਦੋ ਦਲ ਦੇ ਵਿੱਚ ਪਰਮਜੀਤ ਸਿੰਘ ਜੀ ਤੀਜਾ ਇਨਾਮ 45 ਕਿਲੋ 225 ਗ੍ਰਾਮ ਦੁੱਧ ਦਿੱਤਾ ਜੀ ਰਿਕਾਰਡ ਤੋੜਿਆ ਪੰਜਾਬ ਦਾ ਪਿਛਲੇ ਸਾਲ ਦਾ 74 ਕਿਲੋ 430 ਗ੍ਰਾਮ ਦੁੱਧ ਦਿੱਤਾ ਜੀ 24 ਘੰਟਿਆਂ ਦਾ ਇਸ ਕਾਂ ਦਾ ਜਿਹੜਾ ਨਿਊਟ੍ਰੀਸ਼ਨ ਸੀਗਾ ਉਹ PDS ਵੱਲੋਂ ਸੀਗਾ ਹਰਪ੍ਰੀਤ ਸਿੰਘ ਨੂਰਪੁਰ ਹਕੀਮਾ ਫਸਟ ਪ੍ਰਾਈਜ਼ ਹੈ ਜੀ ਟਰੈਕਟਰ ਉਹਨਾਂ ਨੇ ਜਿੱਤਿਆ ਟਰੈਕਟਰ ਦੇ ਚਾਚਾ ਫੌਜ ਨਾਲ ਹੋ ਕੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਨਾਲ ਹੀ ਕਿਸਾਨਾਂ ਵੱਲੋਂ ਬਣਾਈ ਕੰਪਨੀ PDS ਦਾ ਧੰਨਵਾਦ ਜਿਹਨਾਂ ਨੇ ਇਹਨਾਂ ਨੂੰ ਨਿਊਟ੍ਰੀਸ਼ਨ ਦੇ ਕੇ ਫਸਟ ਪ੍ਰਾਈਜ਼ ਪਾਇਆ ਜੀ ਸੈਕਿੰਡ ਹੈ ਜੀ ਸੈਕਿੰਡ ਦੂਜੇ ਨੰਬਰ ਤੇ ਆਉਣ ਵਾਲੀ ਅਮਰਜੀਤ ਸਿੰਘ ਚੀਵਣਾ ਬਿੱਲੂ ਬਾਈ ਸੈਕਿੰਡ ਵੱਡੀਆਂ ਗਾਵਾਂ ਵਿੱਚੋਂ 71 ਕਿਲੋ 625 ਗ੍ਰਾਮ ਸਫਾਈ ਵਾਲਿਆਂ ਬੀਬੀਆਂ ਆਓ ਜੀ ਇੱਥੇ ਪੂਰੇ ਗੋਹਾ ਜੀ ਬੰਦਾ ਦੇ ਪੈਰਾਂ ਲੱਗ ਜਾਂਦਾ ਸਫਾਈ ਵਾਲਿਆਂ ਬੀਬੀਆਂ ਕਿੱਥੇ ਹੈ ਜੀ ਆਓ ਜਲਦੀ ਬਣੇ ਜੀ ਕੈਟਾਗਰੀ ਫਸਟ ਚੱਲ ਰਹੀ ਹੈ ਜੀ ਵੱਡੀਆਂ ਗਾਵਾਂ HF ਚੱਲ ਰਹੀਆਂ ਨੇ ਬੜੀ ਸਪੀਡ ਮਾਰਿਓ ਜੀ ਮੋਹਰਾ ਦਾ ਕੰਪੀਟੀਸ਼ਨ ਕਰਾਉਣਾ ਸਾਰੀਆਂ ਗਾਵਾਂ ਮੱਝਾਂ ਸੌਰੀ ਬਾਹਰ ਖੜੀਆਂ ਐਕੜੇ ਲੱਗੇ ਹੋਏ ਤੰਗ ਨੇ ਸੋ ਸਪੀਡ ਦੇ ਨਾਲ ਕਮੇਟੀ ਨੂੰ ਮੇਰੀ ਬੇਨਤੀ ਹੈ ਕਿ ਆਪਣੇ ਕਿਤੇ ਹਰਪ੍ਰੀਤ ਸਿੰਘ ਜੀ ਨੂਰਪੁਰ ਹਕੀਮਾ ਫਸਟ ਪ੍ਰਾਈਜ਼ 74 ਕਿਲੋ 430 ਗ੍ਰਾਮ ਟਰੈਕਟਰ ਖਿੱਚਣ ਵਾਲੀ ਗਾਂ ਜਿਹੜੀ ਗਾਂ ਉਹ ਟਰੈਕਟਰ ਨੂੰ ਖਿੱਚ ਕੇ ਲੈ ਗਈ ਉਹਨੇ 74 ਕਿਲੋ 430 ਗ੍ਰਾਮ ਦੁੱਧ ਦਿੱਤਾ ਜੀ ਫਸਟ ਪ੍ਰਾਈਜ਼ ਹਰਪ੍ਰੀਤ ਸਿੰਘ ਨੂਰਪੁਰ ਹਕੀਮਾ ਕਿਸਾਨਾਂ ਵੱਲੋਂ ਬਣਾਈ ਗਈ ਕੰਪਨੀ PDS ਉਸ ਵੱਲੋਂ ਇਸ ਫਾਰਮ ਨੂੰ ਨਿਊਟ੍ਰੀਸ਼ਨ ਦਿੱਤੀ ਜਾਂਦੀ ਹੈ ਕਿਰਪਾਲ ਜੀ ਬਹੁਤ ਖੂਬ ਕੰਮ ਕਰ ਰਹੇ ਨੇ ਜਿਹਨਾਂ ਦੀ ਇਹ ਸਦਕਾ ਇਸ ਟਰੈਕਟਰ ਦਾ ਮਾਣ ਮਿਲਿਆ ਪੰਜਾਬ ਨੂੰ ਜਿੱਤਣ ਦਾ ਦੁੱਧ ਦੇ ਵਿੱਚ
ਖੜਦੇ ਟਰੈਕਟਰ ਦੇ ਕੋਲ ਆ ਗਏ, ਇੱਕ ਵਾਰ ਫੋਟੋ ਕਰਾ ਦਈਏ। ਹਰਪ੍ਰੀਤ ਸਿੰਘ ਟਰੈਕਟਰ ਦੇ ਕੋਲ ਆ ਬਈ, ਗਾਂ ਨੂੰ ਕਰੋ ਮਾੜਾ ਜਿਹਾ ਸੈੱਟ, ਚਾਬੀਆਂ ਟਰੈਕਟਰ ਦੀਆਂ ਫੜਾਓ ਜੀ, ਟਰੈਕਟਰ ਦੇ ਕੋਲ ਆ ਕੇ ਜੀ ਆ ਜਾਓ, ਪ੍ਰਧਾਨ ਜੀ ਉੱਤੇ ਜਾ ਜਾਓ, ਟਰੈਕਟਰ ਦੇ ਉੱਪਰ ਉੱਪਰ ਆ ਜਾਓ ਜੀ, ਉੱਪਰ ਉੱਪਰ। ਕਮੇਟੀ ਵਾਲਿਆਂ ਨੂੰ ਬੇਨਤੀ ਆ ਮਾੜੀ ਜੀ ਜਗ੍ਹਾ ਫੜਾਓ ਜੀ, ਕੰਮ ਹੈ ਇਸ ਸ਼ੋਅ ਨੂੰ ਸ਼ਾਮ ਨੂੰ 9:30 ਲਵਜੋ ਪਲੱਸ ਤੇ ਚਲਾਇਆ ਜਾਵੇਗਾ ਲਾਈਵ। ਇੱਕ ਮਿੰਟ ਚਾਬੀ ਦੇ, ਬੱਲੇ ਬੱਲੇ ਕਰਾਤੀ ਜੀ, ਪੀਡੀਐਸ ਦੀ ਟੀਮ ਨੇ ਜਿਨ੍ਹਾਂ ਨੇ ਇਸ ਗਾਂ ਨੂੰ ਨਿਊਟ੍ਰੀਸ਼ਨ ਦਿੱਤਾ ਹੈ, ਜਤਪਾਲ ਜੀ ਦਾ ਬਹੁਤ ਸਤਿਕਾਰ ਹੈ। ਫਾਰਮਾਂ ਦੇ ਵਿੱਚ ਜਿਸ ਫਾਰਮ ਨਾਲ ਉਹ ਜੁੜਦੇ ਨੇ, ਬਹੁਤ ਅੱਗੇ ਵਧਾਉਣ ਦੀ ਸਪੀਡ ਮਾੜੀ ਜੀ, ਮੱਝਾਂ ਵਾਲੇ ਬਹੁਤ ਤੰਗ ਨੇ। ਮਾਰੋ ਸਰਫ ਜੀ, ਸੈਕਿੰਡ ਪ੍ਰਾਈਜ਼ ਸੈਕਿੰਡ ਪ੍ਰਾਈਜ਼ ਅਮਨਜੀਤ ਸਿੰਘ ਬਾਈ ਬਿੱਲੂ, 71 ਕਿਲੋ 625 ਗ੍ਰਾਮ ਦੁੱਧ ਦਿੱਤਾ ਜੀ। ਦੋ ਵੀ ਸਾਈਡ ਦੋ ਟਰੈਕਟਰ ਜਾਣ ਦਿਓ ਮਾੜਾ ਜਿਹਾ। ਇਹਨਾਂ ਤੋਂ ਬਾਅਦ ਗੁਰਪ੍ਰੀਤ ਸਿੰਘ ਭੂਮੀ ਪੱਧਰ 500 ਐਸ ਬੀ